ਇਹਨਾਂ ਨੂੰ ਸਵਾਦ ਆਉਂਦਾ ਲੀਕ ਲੂਕ ਕਰਕੇ ਜਾਣ, ਉਹ ਫਿਰ ਪਹਿਲਾਂ ਸਕੈਜੂਲ ਖਰਾਬ ਕਰ ਲੈਂਦੇ ਨੇ ਅਤੇ ਤਾਂ ਕਰਕੇ ਫਿਰ ਸਾਨੂੰ ਥੋੜ੍ਹਾ ਜਿਹਾ ਸਾਡੇ ਪਲੈਨ ਥੋੜ੍ਹਾ ਜਿਹਾ ਅਪ ਐਂਡ ਡਾਊਨ ਹੁੰਦਾ ਰਿਹਾ ਥੋੜ੍ਹਾ ਜਿਹਾ ਨਾ। ਪਰ ਕੋਈ ਨਹੀਂ, ਗਾਣੇ ਤਾਂ ਜਿਵੇਂ ਸਾਰੇ ਬਣਾ ਕੇ ਰੈਡੀ ਕਰਕੇ ਯਾਨੀ ਕਿ ਅਪਲੋਡ ਕੀਤੇ ਹੋਏ ਨੇ, ਜਿੱਦਣ ਜਿੱਦਣ ਦੀ ਟਾਈਮਿੰਗ ਹੋਊਗੀ ਉਦੋਂ ਉਦੋਂ ਰਿਲੀਜ਼ ਹੋ ਜਾਣਾ ਗਾਣਾ। ਲਾਈਵ ਵੀਡੀਓ, ਲਾਈਵ ਵੀਡੀਓ ਕੋਈ ਨਹੀਂ ਵੀਰੇ, ਮੈਂ ਲਾਈਵ ਹੀ ਲੈਂਦਾ ਤੁਹਾਨੂੰ ਸਾਰਿਆਂ ਨੂੰ। ਜੈ ਸ਼੍ਰੀ ਰਾਮ ਭਾਅ ਜੀ, ਜੈ ਸ਼੍ਰੀ ਰਾਮ ਜੀ, ਜੈ ਸ਼੍ਰੀ ਰਾਮ। ਮੂਸਟੇਪ ਹੋਰ ਫਿਰ ਸਾਰਿਆਂ ਨੂੰ ਕਿਵੇਂ ਲੱਗ ਰਹੀ ਆ ਮੂਸਟੇਪ? ਕਈ ਬਹੁਤ ਵਧੀਆ ਰਿਸਪੋਂਸ ਸਾਰਾ ਡਾਲਿੰਗ ਸਾਰਿਆਂ, ਤੁਸੀਂ ਜਿੰਨਾ ਵੀ ਪਿਆਰ ਕਰ ਰਹੇ ਹੋ, ਸਿਰ ਮੱਥੇ ਤੁਹਾਡਾ ਸਾਰਿਆਂ ਦਾ। ਬਾਕੀ ਮੈਂ ਤੁਹਾਨੂੰ ਇੱਕ ਹੀ ਚੀਜ਼ ਕਹਿਣੀ ਵੀ ਆ, ਜੇ ਕੁਛ ਵੀ ਨਹੀਂ ਆਇਆ ਐਲਬਮ 'ਚੋਂ ਤਾਂ ਬਹੁਤ ਕੁਛ ਹੈ ਨਾ, ਵੇਟ ਐਂਡ ਵਾਚ, ਟਾਈਮ ਬਹੁਤ ਵੱਡੀ ਚੀਜ਼ ਹੈ। ਭਾਅ ਜੀ ਦੋ ਲਾਈਨ ਸੁਣਾ ਦਿਓ, ਸੁਣਾ ਰਹੇ ਹਾਂ। ਅਮਿਤ ਵਡਾਣਾ, ਹੈਪੀ ਬਰਥਡੇ ਬ੍ਰਦਰ ਜੀ, ਥੈਂਕ ਯੂ ਬ੍ਰਦਰ, ਲਵ ਯੂ ਬਹੁਤ। ਅਮਿਤ ਭਰਾ ਹੈ ਜੀ ਆਪਣਾ, ਅਤੇ ਬਹੁਤ ਘੈਂਟ ਬੰਦਾ, ਅਤੇ ਆਲਵੇਜ਼ ਜਿਹੜੇ ਹੁੰਦੇ ਨਾ ਪੱਕੇ ਜਿਹੜੇ ਭਰਾ ਹੁੰਦੇ, ਜਿਹੜੇ ਸਪੋਟਰ ਹੁੰਦੇ ਆਲਵੇਜ਼, ਉਹਨਾਂ 'ਚ ਉੱਤਿਆ ਮੇਰਾ ਭਰਾ ਹੈ ਨਾ। ਅਤੇ ਬਹੁਤ ਵਧੀਆ ਕੰਮ ਹੈ ਮੇਰੇ ਵੀਰ ਦਾ, ਅਤੇ ਖਿੱਚ ਕੇ ਰੱਖ ਵੀਰੇ ਮੈਨੂੰ ਵੀ। ਭਾਅ ਜੀ ਲਾਈਵ ਸੁਣਾ ਦਿਓ। ਹਾਂਜੀ ਸੁਣਾ ਨਾ, ਅੱਜ ਵਾਲਾ ਗਾਣਾ ਯਾਰ ਮੈਨੂੰ ਬਹੁਤ ਵਧੀਆ ਲੱਗਦਾ। ਉਹ ਪਹਿਲਾਂ ਇੱਕ ਗਾਣਾ ਆ ਗਿਆ ਸੀਗਾ ਸਾਲ, ਬੜਾ ਗਾਣਾ ਤਾਂ ਸਾਲ ਪੁਰਾਣਾ ਹੈਗਾ, ਅਤੇ ਅੱਜ ਗਾਣਾ ਮੈਨੂੰ ਬਹੁਤ ਵਧੀਆ ਗਾਣਾ ਲੱਗਦਾ। ਇੱਕ ਪਹਿਰਾ ਹੈਗਾ ਜਿਹੜਾ ਜਮੀ ਦਿਲੋਂ ਆਇਆ, ਉਹ ਕਹਿੰਦਾ ਹੋ ਕਈ ਵਾਹਣਾ ਵੀਜ ਚਾਹੁੰਦੇ ਮਿੱਠੀ ਏ, ਕਿੱਲ ਮੇਰੀ ਵਾਹਿਬ ਕਰਨੀ ਹੀ, ਕਨੇਡਾ ਤੱਕ ਬੰਦੇ ਆਖਦੇ ਜੱਟਾ ਤੇਰੇ ਨਾਲ ਕਲੈਬ ਕਰਨੀ ਹੀ, ਜੱਟ ਫਿਰੇ ਖੇਤਾਂ ਵਿੱਚ ਨੀ, ਜੱਟ ਫਿਰੇ ਖੇਤਾਂ ਵਿੱਚ ਨੀ, ਜੱਟ ਫਿਰੇ ਖੇਤਾਂ ਵਿੱਚ ਨੀ, ਇਹ ਫਿਰਦਾ ਜ਼ਮਾਨਾ ਤਾਣੇ ਤਣਦਾ, ਉਹ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ, ਸਿੱਧੂਆਂ ਦਾ ਅੱਗ ਕੱਢਦਾ ਸਾਲਾ, ਦੁਨੀਆ ਦਾ ਸਰਦਾ ਤਾਂ ਬਣਦਾ। ਥੈਂਕ ਯੂ ਬਾਈ। ਪਾਰਟੀ ਕੋਈ ਨਹੀਂ ਵੀਰੇ, ਪਾਰਟੀ ਪਾਰਟੀ ਤੁਸੀਂ ਜੋ ਹੁਕਮ ਕਹੋਗੇ, ਸਿਰ ਮੱਥੇ। ਅੱਤ ਭਾਜੀ, ਅੱਤ 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 ਅੱਤ, ਸਿੱਧੂ ਮੂਸੇਵਾਲਾ ਨਾਟਕਿਆਰਾ, ਥੈਂਕ ਯੂ ਬਾਈ, ਥੈਂਕ ਯੂ, ਥੈਂਕ ਯੂ। ਹੋਰ ਵੀਰੇ ਤੁਸੀਂ ਸਾਰੇ ਕਿਵੇਂ ਹੋ, ਠੀਕ ਠਾਕ ਹੋ? ਉਮੀਦ ਤਾਂ ਕਰਦਾ ਵੀ ਤੁਸੀਂ ਸਾਰੇ ਖੈਰ ਸੁੱਖ ਹੋਵੋਗੇ ਸਾਰੇ ਪਾਸੇ, ਅਤੇ ਸੋਨਮ ਜੀ, ਹਾਂਜੀ ਯੱਸ, ਕੀ ਹਾਲ ਚਾਲ ਹੈ ਤੁਹਾਡੇ, ਠੀਕ ਠਾਕ ਹੋ? ਸੋਨਮ ਬਾਜਵਾ, ਠੀਕ ਹੈ ਜੀ, ਹੈਪੀ ਬਰਥਡੇ, ਥੈਂਕ ਯੂ ਵੀਰੇ, ਥੈਂਕ ਯੂ ਬਾਈ। ਤੇਰੇ ਨਾਲ ਫੋਟੋ ਕਰਵਾਉਣੀ ਆ, ਆ ਜਾਓ ਵੀਰੇ, ਫੋਟੋ ਤਾਂ ਕੋਈ ਦਿੱਕਤ ਹੀ ਨਹੀਂ ਆ, ਫੋਟੋ ਦੀ ਕੋਈ ਰੌਲਾ ਹੀ ਨਹੀਂ। ਹੋਰ ਕੋਈ ਹੁਕਮ ਕਰੋ ਬਾਈ, ਕੱਲ੍ਹ ਨੂੰ ਆਉਣਾ ਤੇਰੇ ਪਿੰਡ, ਆਉਣਾ ਸੀ ਕੇਕ ਲੈ ਕੇ। ਕੋਈ ਨਹੀਂ ਵੀਰੇ ਕੋਈ ਨਹੀਂ, ਹਜੇ ਯਾਰ ਕਰੋਨਾ ਚੱਲੀ ਜਾਂਦਾ, ਇਹਦਾ ਧਿਆਨ ਰੱਖੋ ਮੇਰਾ ਵੀਰ ਬਣ ਕੇ ਹੈ ਨਾ। ਬੰਦਾ ਸਿੰਘ ਦਾ ਪ੍ਰੋਗਰਾਮ ਕੈਨੇਡਾ ਤੋਂ, ਠੀਕ ਹੈ ਵੀਰੇ, ਬੰਦਾ ਸਿੰਘ ਆਪਣਾ ਭਰਾ ਹੈ ਵੀਰੇ, ਕੀ ਹਾਲ ਆ ਬ੍ਰੋ, ਹੈਪੀ ਬਰਥਡੇ ਬਾਈ, ਥੈਂਕ ਯੂ ਬਾਈ। ਵਾਜ ਰਲਾ ਕਰਦਾ, ਮਜ਼ਾ ਆ ਗਿਆ ਬਾਈ, ਸਪੋਟੀਫਾਈ ਇੰਡੀਆ ਕਿੱਥੇ ਰਹਿ ਗਏ? ਇੱਕ ਤਾਂ ਨਾ ਥੋੜ੍ਹਾ ਜਿਹਾ ਇਹ ਪੰਗਾ ਹੈਗਾ, ਮੈਂ ਕਿਹਾ ਲਾਈਵ ਰਿਕੁਐਸਟ ਦੇਣੀ ਆ ਨਾ, ਦੇਖਦਾ ਜਿੰਨੇ ਵੀ ਮੇਰੇ ਵੀਰ ਇੱਧਰ ਕਮੈਂਟਸ ਚ ਉਹਨਾਂ ਦੀ ਤਰਫ ਤੋਂ ਪੁੱਛਣੇ ਮੈਂ ਕੁਐਸਚਨ, ਜਿੰਨੇ ਪੁੱਛਣੇ ਜੀ। ਤੇ ਭਾਈ ਪਹਿਲਾਂ ਤਾਂ ਕੰਗਰੈਚੁਲੇਸ਼ਨ, ਜਿੰਨਾ ਤੁਹਾਨੂੰ ਪਿਆਰ ਮਿਲ ਰਿਹਾ ਨਵੀਂ ਐਲਬਮ ਲਈ, ਮੈਂ ਤਾਂ ਘਰੇ ਲਾ ਕੇ ਰੱਖਦਾ ਆਪਣੇ ਸਪੀਕਰ ਤੇ 24 ਘੰਟੇ ਵੱਜਦਾ ਹੋਇਆ ਗਾਣਾ, ਤੇ ਅੱਜ ਵੀ ਆਪਣਾ ਇੱਕ ਨਵਾਂ ਗਾਣਾ ਆਇਆ ਸਿੱਧੂ ਸਨ, ਕਿੱਦਾਂ ਕਿੱਦਾਂ ਦਾ ਪਰਫਾਰਮ ਰਿਹਾ, ਕਿੱਦਾਂ ਦਾ ਰਿਐਕਸ਼ਨ ਮਿਲ ਰਿਹਾ ਭਾਈ ਤੁਹਾਨੂੰ? ਰਿਐਕਸ਼ਨ ਵਾਈਜ਼ ਸੇਮ ਹੀ ਹੁੰਦਾ ਆਲਰੇਡੀ ਸਾਰਿਆਂ ਦਾ, 60-70 ਹਜ਼ਾਰ ਬੰਦਾ, ਕਦੇ ਲੱਖ ਬੰਦਾ, ਯਾਨੀ ਕਿ
ਪ੍ਰੇਮਰ ਤੇ ਹੁੰਦਾ ਨਾ ਵੀ ਮੈਨੂੰ ਲੱਗਦਾ ਵੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਵੀ ਰਿਸਪੌਂਸ ਕੀ ਹੈ, ਰਿਸਪੌਂਸ ਸਾਰੇ ਆਪਣੇ ਚਾਹੁਣ ਵਾਲੇ ਦੱਸਦੇ ਨੇ ਤੇ ਸਾਰੇ ਪਿਆਰ ਕਰਦੇ ਬਈ ਇੰਨੇ ਟਾਈਮ ਦੀ ਵੇਟ ਸੀ, ਬਹੁਤ ਵਧੀਆ ਰਿਸਪੌਂਸ ਹੈ ਬਾਈ। भाई हूँ एल्बम आपा गल ता एल्बम दी करनी है, पहले मुझे बस ये बता दो कि आपका कल का प्लान क्या है। कल हमारा भाई आपका बर्थडे है, मैं कहना मैं जिन्ने पोस्ट देखे हैं सारे लोग की कमरे हुए हैं कि भाई भाई का बर्थडे आपा जाके केक काटना नाल, आ दस दो कि खत किधर भेजिए नाले गिफ्ट किधर भेजिए की प्लान है कोई नहीं भाई, जिन्ने भी जाने प्यार करते हैं ना तुसी हो गए भरा, जिन्ने जाने हुण लाइव बैठे ने 54-55 हज़ार बंदा, ये मेरा गिफ्ट ही है एक तरह का है ना। सो ਸਾਰਿਆਂ ਨੂੰ ਇਹਨਾਂ ਬਸ ਮੇਰੇ ਮੈਨੂੰ ਐ ਕਹਿੰਦੇ ਸਭ ਤੋਂ ਵੱਡਾ ਗਿਫਟ ਜਿਹੜਾ ਪਿਆਰ ਦਿੰਦੇ ਆ ਹਰੇਕ ਗਾਣੇ ਨੂੰ ਹਰੇਕ ਚੀਜ਼ ਨੂੰ ਹਨਾ। ਸੋ ਕੋਈ ਮੈਨੂੰ ਕੋਈ ਹੈਪੀ ਬਰਥਡੇ, ਪਰਟੀਕੂਲਰ ਥੈਂਕ ਯੂ ਪਲਾਨ, ਸੋ ਮਚ। ਹਾਂ ਕੋਈ ਪਰਟੀਕੂਲਰ ਪਲਾਨ ਹੈ ਆਪਕਾ ਕੱਲ ਕਾ? ਕੱਲ ਨੂੰ ਵੀਰੇ ਸਾਡੇ ਉਹ ਨਾਰਮਲ ਹੀ ਹੁੰਦੇ, ਆਪਾਂ ਸੋਨਮ ਨੂੰ ਐਡ ਕਰ ਦਈਏ ਵਿੱਚ। ਹਾਂਜੀ 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 ਕਰੋ ਜੀ ਕਰੋ ਬਿਲਕੁਲ। ਹਾਂ ਇੱਕ ਮਿੰਟ, ਸੋ ਗਿਵ ਮੀ ਆ ਤੁਹਾਡਾ ਇਹ ਜਿਹੜਾ ਆਪਣਾ ਗਾਣਾ ਹੈ ਬਰਾਊਨ ਛੋਟੀ, ਉਹਦੇ ਲਈ ਬਹੁਤ ਕੁਐਸਚਨ ਨੇ ਮੇਰੇ ਕੋਲ, ਬਹੁਤ ਲੋਕਾਂ ਨੇ ਇੰਨੇ ਕੁਐਸਚਨ ਭਰ ਭਰ ਕੇ ਭੇਜੇ ਨੇ, ਤੁਸੀਂ ਮੈਂ ਮੁੱਕਦੇ ਨਹੀਂ ਅੱਜ ਕੁਐਸਚਨ ਦੇ ਦਿੰਦੇ। ਠੀਕ, ਕੋਈ ਗੱਲ ਨਹੀਂ, ਮੇਰੇ ਕੁਐਸਚਨਸ ਦੇ ਆਂਸਰ ਦੇਣ ਲਈ ਬੈਠੇ ਨੇ, ਕੁਐਸਚਨ ਪੁੱਛੋ। ਹਾਏ ਹੈਲੋ ਸੋਨਮ, ਹਾਏ ਹਾਏ, ਕੀ ਹਾਲ ਚਾਲ ਸਾਰਿਆਂ ਦਾ? ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਕਿਵੇਂ ਹੋ? ਵੈਰੀ ਗੁੱਡ ਸਿੱਧੂ, ਹੈਪੀ ਬਰਥਡੇ ਇਨ ਐਡਵਾਂਸ। ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ। ਕੀ ਪਲਾਨ ਫਿਰ ਬਰਥਡੇ ਦਾ? ਇਹਨੂੰ ਸਾਰੇ ਪੁੱਛ ਰਹੇ ਆ। ਆਪਣੇ ਘਰੇ ਪਲਾਨ ਹੁੰਦਾ ਹੀ, ਆਪਾਂ ਰੋਜ਼ ਰੋਜ਼ਮਰਾ ਵਾਂਗੂ ਆਈ ਬਰਥਡੇ ਲੰਘ ਜਾਂਦਾ ਹੀ ਮੇਰਾ, ਆ ਜਿੰਨੇ ਪਿਆਰ ਕਰਨ ਵਾਲੇ ਆ ਜਾਂਦੇ ਆ, ਸਾਰਿਆਂ ਨੂੰ ਮਿਲ ਲੈਂਦੇ ਆ ਬਸ। ਦੈਟਸ ਸੋ ਸਵੀਟ ਜੀ। ਭਾਜੀ ਤੁਸੀਂ ਕਿਵੇਂ ਮੇਰੇ ਕੋਲ ਚੱਲ ਰਿਹਾ ਯੂਕੇ? ਹਾਂਜੀ, ਯੂਕੇ ਕਿੱਦਾਂ ਚੱਲ ਰਿਹਾ? ਯੂਕੇ ਵਧੀਆ ਆ, ਹੁਣ ਮੈਂ ਇੰਡੀਆ ਨੂੰ ਮਿਸ ਕਰ ਰਹੀ ਹਾਂ, ਘਰ ਨੂੰ ਮਿਸ ਕਰ ਰਹੀ ਹਾਂ, ਸੋ ਹੁਣ ਲੱਗ ਰਿਹਾ ਕਿ ਬਸ ਛੇਤੀ ਆ ਜਾਵਾਂ ਵਾਪਸ, ਬਟ ਕੰਮ ਖਤਮ ਕਰਕੇ ਆਵਾਂਗੇ। ਚਲੋ ਵਧੀਆ 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 ਬਾਈ, ਕਹਿੰਦੇ ਕੁਐਸਚਨ ਪੁੱਛਣੇ ਸੀਗੇ ਕੋਈ? ਜੀ ਬਿਲਕੁਲ ਵਿਸ਼ਨੂੰ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਪੰਜਾਬੀ ਬੋਲੀ ਨੂੰ ਸਪੋਰਟ ਕਰਦੇ ਹੋ, ਮੈਂ ਤੁਹਾਡੀਆਂ ਵੀਡੀਓਜ਼ ਵੀ ਦੇਖੀਆਂ, ਤੁਸੀਂ ਪੰਜਾਬੀ 'ਮਿਊਜ਼ਿਕ ਨੂੰ ਵੀ ਬੜਾ ਸਪੋਰਟ ਕਰਦੇ ਹੋ, ਸੋ ਥੈਂਕ ਯੂ ਸੋ ਮੱਚ ਉਹਦੇ ਲਈ। ਜਿੰਨਾ ਜਿੰਨਾ ਕਰ ਸਕਦਾ ਮੈਂ ਕਰ ਰਹੀ ਹਾਂ ਜੀ। ਬਾਕੀ ਮੇਰੇ ਕੋਲ ਹੁਣ ਬਹੁਤ ਸਾਰੇ ਕੁਐਸਚਨਸ ਨੇ ਤੁਹਾਡੇ ਲਈ, ਮੈਂ ਕੁਐਸਚਨਸ ਪੜ ਪੜ ਥੱਕ ਗਿਆ, ਇੰਨੇ ਕੁਐਸਚਨਸ ਆਏ ਬਰਾਊਨ ਛੋਟੀ ਲਈ। ਤੁਸੀਂ ਆ ਦੱਸੋ ਪਹਿਲਾਂ ਦਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਸੀ? ਤੁਸੀਂ ਆਪ ਲਾਈਕ ਯੂ ਬੀਨ ਟੁਗੇਦਰ ਕੋਲੈਬੋਰੇਟਿੰਗ ਫॉर ਅ ਵਾਈਲ, ਲਾਈਕ ਹਾਊ ਵਾਸ ਯੋਰ ਐਕਸਪੀਰੀਅੰਸ ਇਨ ਸ਼ੂਟਿੰਗ ਦਿਸ ਪਾਰਟਿਕੂਲਰ ਵੀਡੀਓ? ਬਿਕੋਜ਼ ਐਂਡ ਲਾਈਕ ਦ ਲੈਵਲ ਆਫ ਐਸਥੈਟਿਕ, ਵੀਡੀਓ ਐਸਥੈਟਿਕ, ਦ ਮਿਊਜ਼ਿਕ ਐਂਡ ਦ ਸਟੋਰੀ ਐਂਡ ਆਲ ਦ ਹੋਲ ਪੈਕੇਜ ਆਫ ਦਿਸ ਵੀਡੀਓ ਵਾਸ ਸਮਥਿੰਗ ਪੀਪਲ ਵਰ ਲਾਈਕ ਬਲੋਨ ਅਵੇ। So how was the experience and do you have any funny stories, koi BTS iske bare mein share karne ke liye jo fans would love to hear? Actually jadon main te Sidhu ne pehla gana kita te sare ne bahut pasand kita, and you know we all love his singing, so assi ode to baad hi decide kita ki apa jaldi dobara you know kush kara, so fir us to baad I think lockdown ho gaya, plan siga ki ye thoda ja shoot, fir lockdown aa gaya. Then I was in Canada, I think he was in Dubai, but UK finalized hoya ki apa UK shoot karange, te concept ji di gal karo te I think oh Sidhu te jo sade director Sukh Sangera ohna ne banaya hai, main sidha set te gayi aur maine kaam kiya, that is it, baki pura jo credit hai wo Sidhu aur hamare jo director hai Sukh Sangera unko jata hai, to ਪਤਾ ਗੱਲ ਕੀ ਹੈ, ਕੋਈ ਵੀ ਹੁਣ ਯਾਨੀ ਕਿ ਮੈਂ ਅਸੀਂ ਮੈਂ ਯਾਨੀ ਕਿ ਆਪਣਾ ਤਾਂ ਇਹ ਸਟਾਈਲ ਹੈ ਵੀ ਆਪਾਂ ਕੋਈ ਵੀ ਚੀਜ਼ ਬਣਾਉਂਦੇ ਹਾਂ ਨਾ ਵੀ ਸਾਨੂੰ ਵਧੀਆ ਲੱਗਦੀ ਹੈ ਨਾ, ਸਿਰਫ ਆਪਣੇ ਬੰਦਿਆਂ ਨਾਲ ਹੀ ਕੰਮ ਕਰਨਾ ਹੁੰਦਾ ਆਪਾਂ ਨਾ ਆਪਣੇ ਸਰਕਲ ਦੇ ਵਿੱਚ, ਸੋ ਸੋਨਮ ਸਾਡਾ ਯਾਨੀ ਕਿ ਪਾਰਟ ਹੈ ਨਾ, ਜਦੋਂ ਵੀ ਇਹਨੂੰ ਕਦੇ ਵੀ ਕੁਛ ਵੀ ਹੈ ਨਾ ਮੈਸੇਜ ਵੀ ਸੋਨਮ ਆਹ ਚੀਜ਼ ਚਾਹੀਦੀ ਹੈ, ਤਾਂ ਇਹਨੇ ਵੀ ਕਦੇ ਵੀ ਆਪਾਂ ਨੂੰ ਹੈ ਨਾ ਇਹ ਹਾਂ ਆਲਵੇਜ਼ ਰੈਡੀ ਹੈ ਨਾ ਵੀ ਜਾਂ ਕੋਈ, ਸੋ ਵਧੀਆ ਸੁਭਾਅ ਹੈ ਸੋਨਮ ਦਾ, ਸੋ ਅਸੀਂ ਯਾਨੀ ਕਿ ਕੋਸ਼ਿਸ਼ ਕੀਤੀ ਛੋਟੀ ਜਿਹੀ ਹੈ ਨਾ, ਸੋ ਹੁਣ ਬਰਾਊਨ ਛੋਟੀ ਹੈ ਜਿਹੜਾ ਯਾਨੀ ਕਿ ਟੌਪ ਇਹਦੇ ਚੱਲ ਗਿਆ 100 ਉਹਨਾਂ ਦੇ ਜਿਹੜਾ ਕੈਨੇਡਾ ਚਾਰਟ ਤੇ ਚੱਲ ਗਿਆ ਹਨਾ, ਸੋ ਵੀ ਵੀ ਜਦੋਂ ਸਾਰੇ ਰਲ ਮਿਲ ਕੇ ਮਿਹਨਤ ਕਰਦੇ ਹਨਾ, ਜਦੋਂ ਇੱਕ ਯਾਨੀ ਕਿ ਹੁੰਦਾ ਨਾ ਵੀ ਇੱਕ ਸੁਭਾਅ ਹੁੰਦਾ ਸਾਰਿਆਂ ਦਾ ਵੀ ਇੱਕ ਮੱਤ ਮਿਲਦੀ ਹੁੰਦੀ ਹੈ, ਸੋ ਵੀ ਸਾਡਾ ਅਸੀਂ ਸਾਰੇ ਇੱਕੋ ਜਿਹੇ ਯਾਨੀ ਕਿ ਸਾਡੀ ਥਿੰਕਿੰਗ ਸੇਮ ਹੈ ਹਨਾ, ਸੋ ਕੰਮ ਫਿਰ ਕੰਮ ਕਰਨ ਦਾ ਵੀ ਲੈ ਲਓ ਫਿਰ ਹੀ ਹਨਾ ਵਧੀਆ ਲੱਗਦਾ, ਤੇ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਨੂੰ ਇਹ ਨਹੀਂ ਨਾ ਹੁੰਦਾ ਵੀ ਕੌਣ ਕਿਸ ਫੀਲਡ ਤੋਂ ਆ ਰਿਹਾ, ਕੋਈ ਫਿਲਮਾਂ ਚੋਂ ਆ ਰਿਹਾ ਜਾਂ ਕੌਣ ਸਿੰਗਿੰਗ ਚੋਂ ਆ ਰਿਹਾ, ਸੋ ਜਦੋਂ ਆਪਾਂ ਮਿਹਨਤ ਕਰਦੇ ਹਾਂ ਤਰੀਕੇ ਨਾਲ ਹਨਾ, ਸੋ ਜਦੋਂ
ਤੇ ਫਿਰ ਉਹਦਾ ਰਿਜ਼ਲਟ ਨਿਕਲਦੀ ਨਿਕਲਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਨਾ ਸਾਰਿਆਂ ਨੇ ਕਿੰਨਾ ਪਿਆਰ ਦਿੱਤਾ ਇਹ ਚੀਜ਼ ਨੂੰ ਅਜੇ ਪੂਰੀ ਵੀਡੀਓ ਦੇ ਸ਼ੂਟ ਚ ਕੁਝ ਇਹੋ ਜਿਹਾ ਪਾਰਟ ਸੀ ਜਿਹੜਾ ਕਿ ਬਹੁਤ ਮਤਲਬ ਮਾੜਾ ਜਿਹਾ ਔਖਾ ਸੀ ਜਾਂ ਫਿਰ ਕੁਝ ਇੰਟਰਸਟਿੰਗ ਕੁਝ ਹੋਇਆ ਸ਼ੂਟ ਤੇ ਮਤਲਬ ਤੁਸੀਂ ਤਾਂ ਯਾਰ ਦੋਸਤ ਕੁਝ ਨਾ ਕੁਝ ਪੁੱਟੀ ਸਿੱਧੀ ਹਰਕਤਾਂ ਹੁੰਦੀਆਂ ਨੇ ਠੰਡ ਬਹੁਤ ਜ਼ਿਆਦਾ ਸੀ ਕੁਝ ਇੰਟਰਸਟਿੰਗ ਬਸ ਠੰਡ ਬਹੁਤ ਜ਼ਿਆਦਾ ਸੀ ਬਾਕੀ ਸਭ ਠੀਕ ਸੀਗਾ ਸਭ ਤੋਂ ਵੱਡਾ ਚੈਲੰਜ ਹੀ ਸੀਗਾ ਠੰਡ ਚ ਕੰਮ ਕਰਨਾ ਰੂਫ ਟਾਪ ਤੇ ਸਪੈਸ਼ਲੀ ਜਿਹੜੇ ਸ਼ਾਰਟਸ ਲਏ ਸੀਗੇ ਮੈਨੂੰ ਲੱਗ ਰਿਹਾ ਸੀ ਕਿ ਕੋਈ ਤਾਂ ਬਾਕੀ ਦਾ ਪਤਾ ਨਹੀਂ ਮੈਂ ਨਾ ਕਿਤੇ ਉੱਡ ਜਾਂ ਬਿਕਾਜ਼ ਇਟ ਵਾਸ ਸੋ ਵਿੰਡੀ ਐਂਡ ਬਹੁਤ ਜ਼ਿਆਦਾ ਠੰਡ ਸੀਗੀ ਸੋ ਫॉर ਮੀ ਆਈ ਥਿੰਕ ਉਹੀ ਸਭ ਤੋਂ ਚੈਲੰਜਿੰਗ ਪਾਰਟ ਸੀਗਾ ਕਿ ਠੰਡ ਨੂੰ ਬਰਦਾਸ਼ਤ ਕਰਨਾ ਨਹੀਂ ਉਦਾਂ ਵੀ ਬਹੁਤ ਔਖਾ ਸੀ ਮੇਰੇ ਲਈ ਤਾਂ ਸਾਰੇ ਹੀ ਔਖਾ ਸੀ ਜਦੋਂ ਜਦੋਂ ਐਕਟਰ ਨਾਲ ਕੋਈ ਉਹ ਸਿੰਗਰ ਐਕਟ ਕਰਦਾ ਤਾਂ ਉਦੋਂ ਔਖਾ ਲੱਗਦੀ ਹੈ ਹਾਂਜੀ ਕੀ ਬੋਲਿਆ ਮੈਂ ਕਿਹਾ ਜਦੋਂ ਕੋਈ ਯਾਨੀ ਕਿ ਸਿੰਗਰ ਨੂੰ ਤਾਂ ਐਕਟ ਕਰਨਾ ਬਹੁਤ ਔਖਾ ਐਕਟਰ ਨੂੰ ਐਕਟ ਕਰਨਾ ਕੋਈ ਔਖਾ ਨਹੀਂ ਹੁੰਦਾ ਨਾ ਮੈਂ ਕਿਹਾ ਉਹ ਸਮਝਿਆ ਕਰੋ ਸਿੱਧੂ ਨੂੰ ਕੋਈ ਵੀ ਗਾਣਾ ਕਿਤੋਂ ਵੀ ਪਲੇ ਕਰ ਦੋ ਯੂ ਨੋ ਹੀ ਹੈਡ ਸੋ ਮੈਨੀ ਸੌਂਗਸ ਬਟ ਸਾਰੇ ਲਿਰਿਕਸ ਯਾਦ ਆ ਸਭ ਕੁਛ ਯਾਦ ਆ ਇੱਕ ਇੱਕ ਟੇਕ ਚ ਸਭ ਕੁਛ ਓਕੇ ਇੱਕ ਇੱਕ ਟੇਕ ਚ ਸ਼ੂਟ ਕਰ ਬਹੁਤ ਔਖਾ ਬਟ ਲਾਈਕ ਫॉर ਅ ਸਿੰਗਰ ਫਰ ਕਮਿੰਗ ਫਰਮ ਲਾਈਕ ਅ ਨਾਨ ਐਕਟਿੰਗ ਬੈਕਗ੍ਰਾਉਂਡ ਔਖਾ ਹੁੰਦਾ ਬਟ ਭਾਈ ਤੁਹਾਡੇ ਐਕਸਪ੍ਰੈਸ਼ਨ ਐਡੇ ਐਦਾਂ ਲੱਗਦਾ ਕਿ ਭਾਈ ਮੈਂ ਇੱਧਰ ਬੈਠਾ ਰਹਿ ਜਾਂਦਾ ਕਿ ਯਾਰ ਆਹ ਕੀ ਹੋ ਗਿਆ ਉਹ ਸੋਨਮ ਜੀ ਉੱਧਰ ਨਿਸ਼ਾਨਾ ਲਾ ਰਹੇ ਸੀ ਤੇ ਤੁਸੀਂ ਆਏ ਚੱਲ ਵੀ ਚੱਕ ਮਤਲਬ ਅਲੱਗ ਹੀ ਟੋਨ ਆਪਣੀ ਹੈ ਤੇ ਬਾਕੀ ਪੂਰੀ ਟੀਮ ਸਭ ਕੁਛ ਉਹ ਤੁਹਾਡੇ ਵੱਲ ਸੀ ਹੈ ਜੀ ਸਾਰੀ